ਵੈਸੇ ਤਾਂ ਜਿੱਦਣ ਦੀ ਪਿਛਲੀ ਚੋਣ ਹੋਈ ਸੀ ਜਦੋਂ ਸਾਲ ਹੋ ਗਿਆ ਕਿਲੋ ਧਾਮੀ ਸਾਹਿਬ ਪ੍ਰਧਾਨ ਬਣਾਏ ਸੀ ਸਹੀ ਮੈਨਾਂ ਦੀ ਗੱਲ ਤਾਂ ਬੀਬੀ ਜੀ ਉਦੋਂ ਹੀ ਲਾਬਿੰਗ ਕਰਨ ਲੱਗ ਗਏ ਸੀ ਹੁਣ ਕੋਈ 2.5-3 ਮਹੀਨਿਆਂ ਦੇ ਤਾਂ ਬੀਬੀ ਜੀ ਪੂਰੇ ਜ਼ੋਰ ਨਾਲ ਮੈਂਬਰਾਂ ਨੂੰ ਮੁਲਾਕਾਤਾਂ ਕਰਨ ਮੈਂਬਰਾਂ ਨਾਲ ਗੱਲਬਾਤ ਕਰਨ ਉਹਨਾਂ ਨਾਲ ਵਿਸ਼ਵਾਸ ਲੈਣ ਤੇ ਲੱਗੇ ਹੋਏ ਸਨ ਪ੍ਰਧਾਨ ਜੀ ਨੇ ਵੀ ਕਿਹਾ ਜੀ ਮੈਂ ਭਾਵੇਂ ਇਕੱਲੀ ਰਹਿ ਜਾਂ ਮੇਰੀ ਭਾਵੇਂ ਇੱਕ ਹੀ ਵੋਟ ਹੋਵੇ ਮੈਂ ਮਨ ਬਣਾ ਲਿਆ ਮੈਂ ਤਾਂ ਚੋਣ ਲੜਨੀ ਹੈ ਬਹੁਤੀਆਂ ਗੱਲਾਂ ਦਾ ਬੀਬੀ ਜੀ ਜਾਣ ਬੁੱਝ ਕੇ ਭਵਲ ਭੂਸਾ ਪੈਦਾ ਕਰ ਰਹੇ ਹੈ ਕਈ ਗੱਲਾਂ ਦੇ ਵਿੱਚ ਵੈਸੇ ਤਾਂ ਜਿੱਦਣ ਦੀ ਪਿਛਲੀ ਚੋਣ ਹੋਈ ਸੀ ਜਦੋਂ ਸਾਲ ਹੋ ਗਿਆ ਕਿਲੋ ਧਾਮੀ ਸਾਹਿਬ ਪ੍ਰਧਾਨ ਬਣਾਏ ਸੀ ਸਹੀ ਮੈਨਾਂ ਦੀ ਗੱਲ ਤਾਂ ਬੀਬੀ ਜੀ ਉਦੋਂ ਹੀ ਲਾਬਿੰਗ ਕਰਨ ਲੱਗ ਗਏ ਸੀ ਪਰ ਚਲੋ ਅਸੀਂ ਉਹਨੂੰ ਲਿਆ ਨਹੀਂ ਬਹੁਤਾ ਸੀਰੀਅਸ ਹੁਣ ਕੋਈ 2.5-3 ਮਹੀਨਿਆਂ ਦੇ ਤਾਂ ਬੀਬੀ ਜੀ ਪੂਰੇ ਜ਼ੋਰ ਨਾਲ ਮੈਂਬਰਾਂ ਨੂੰ ਮੁਲਾਕਾਤਾਂ ਕਰਨ ਮੈਂਬਰਾਂ ਨਾਲ ਗੱਲਬਾਤ ਕਰਨ ਉਹਨਾਂ ਨਾਲ ਵਿਸ਼ਵਾਸ ਲੈਣ 'ਤੇ ਲੱਗੇ ਹੋਏ ਸਨ ਜਦੋਂ ਚੋਣ ਨੇੜੇ ਆ ਗਈ ਅਤੇ ਕੁਛ ਬੰਦਿਆਂ ਨੇ ਗੱਲ ਕੀਤੀ ਪ੍ਰਧਾਨ ਜੀ ਕੋਲ ਪ੍ਰਧਾਨ ਜੀ ਬੀਬੀ ਜੀ ਚੋਣਾਂ ਦੇ ਵਿੱਚ ਪਹਿਲਾਂ ਹੀ ਫਿਰਦੇ ਆ ਅਤੇ ਜ਼ਿਆਦਾ ਮੈਂਬਰਾਂ ਦਾ ਰਾਏ ਆ ਜਾਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਰਾਏ ਆ ਵੀ ਧਾਮੀ ਸਾਹਿਬ ਦਾ ਜਿਹੜਾ ਕਾਲ ਹੈ ਪਿਛਲੇ ਸਾਲ ਦਾ ਬਹੁਤ ਚੰਗਾ ਹੈ ਕੋਈ ਸ਼ਿਕਾਇਤ ਨਹੀਂ ਨਿਮਰਤਾ ਭਰਿਆ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਰਿਹਾ ਸਾਰੇ ਲੋਕ ਇੱਥੇ ਖੁਸ਼ ਨੇ ਅਤੇ ਫਿਰ ਦੋ ਕੈਂਡੀਡੇਟ ਕਿਵੇਂ ਚੋਣ ਲੜਨਗੇ ਤਾਂ ਫਿਰ ਪ੍ਰਧਾਨ ਜੀ ਨੇ ਚੀਮਾ ਸਾਹਿਬ ਨੂੰ ਭੇਜਿਆ ਬੀਬੀ ਜੀ ਕੋਲ ਸਰਦਾਰ ਦਲਜੀਤ ਸਿੰਘ ਚੀਮਾ ਜੋ ਸਾਡੇ ਦਫ਼ਤਰ ਦੇ ਵਿੱਚ ਨੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਨੇ ਵੀ ਤੁਸੀਂ ਜਾ ਕੇ ਬੀਬੀ ਜੀ ਨੂੰ ਸਮਝਾਓ ਅਤੇ ਪੁੱਛੋ ਜਾ ਕੇ ਵੀ ਅਸਲ ਗੱਲ ਕੀ ਹੈ ਚੀਮਾ ਜੀ ਉਹਨਾਂ ਦੇ ਪਿੰਡ ਗਏ ਉੱਥੇ ਗੱਲਬਾਤ ਕੀਤੀ ਕਾਫੀ ਲੰਮਾ ਸਮਾਂ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਮੈਂ ਤਾਂ ਚੋਣ ਲੜਨੀ ਹੈ ਜੋ ਮਰਜ਼ੀ ਹੋਵੇ ਮੈਂ ਤਾਂ ਇਹ ਮਨ ਬਣਾ ਲਿਆ ਵੀ ਚਾਹੇ ਪਾਰਟੀ ਟਿਕਟ ਮੈਨੂੰ ਦੇ ਦਿੰਦੀ ਹੈ ਵਧੀਆ ਨਹੀਂ ਦਿੰਦੀ ਮੈਂ ਤਾਂ ਵੀ ਲੜਨੀ ਹੈ ਉਹ ਆ ਕੇ ਰਿਪੋਰਟ ਚੀਮਾ ਸਾਹਿਬ ਨੇ ਪ੍ਰਧਾਨ ਜੀ ਨੂੰ ਦਿੱਤੀ ਪ੍ਰਧਾਨ ਜੀ ਨੇ ਫਿਰ ਆ ਬੁਲਾਇਆ ਬੀਬੀ ਜੀ ਨੂੰ ਆ ਬੁਲਾ ਕੇ ਘਰੇ ਕਾਫੀ ਚਿਰ ਉਹਨਾਂ ਨਾਲ ਗੱਲਬਾਤ ਕੀਤੀ ਲੰਮਾ ਸਮਾਂ ਇਹੀ ਕਿਹਾ ਵੀ ਬੀਬੀ ਜੀ ਐਤਕੀ ਤੁਸੀਂ ਚੋਣ ਨਾ ਲੜੋ ਤੁਸੀਂ ਪਾਰਟੀ ਦੇ ਉਮੀਦਵਾਰ ਨਹੀਂ ਹੈਗੇ ਉਹਨਾਂ ਨੇ ਕਿਹਾ ਮੈਨੂੰ ਉਮੀਦਵਾਰ ਬਣਾਓ ਤਾਂ ਪ੍ਰਧਾਨ ਜੀ ਨੇ ਸਾਫ਼ ਕਿਹਾ ਵੀ ਨਹੀਂ ਤੁਸੀਂ ਪਾਰਟੀ ਦੇ ਉਮੀਦਵਾਰ ਨਹੀਂ ਹੈਗੇ ਐਤਕੀ ਤੁਹਾਨੂੰ ਉਮੀਦਵਾਰ ਨਹੀਂ ਬਣਾਇਆ ਜਾ ਸਕਦਾ ਇਸ ਕਰਕੇ ਤੁਸੀਂ ਨਾ ਲੜੋ ਚੋਣ ਫਿਰ ਉਹਨੇ ਕਿਹਾ ਜੀ ਸਾਨੂੰ ਦੋਨਾਂ ਨੂੰ ਇਜਾਜ਼ਤ ਦੇ ਦਿਓ ਲੜਨ ਦੀ ਉਹਨੂੰ ਵੀ ਦੇ ਦਿਓ ਮੈਨੂੰ ਵੀ ਦੇ ਦਿਓ ਤਾਂ ਪ੍ਰਧਾਨ ਜੀ ਨੇ ਕਿਹਾ ਇਹ ਕੋਈ ਡਿਸਿਪਲਿਨ ਵਾਲੀ ਗੱਲ ਨਹੀਂ ਨਾ ਇਹ ਗੱਲ ਤੁਹਾਨੂੰ ਕਰਨੀ ਚਾਹੀਦੀ ਹੈ ਇਹ ਪਾਰਟੀ ਦੇ ਸੂਲਾਂ ਦੇ ਉਲਟਾ ਇੱਕ ਹੀ ਕੈਂਡੀਡੇਟ ਹੁੰਦਾ ਪਾਰਟੀ ਦਾ ਹਮੇਸ਼ਾ ਜਿਹੜਾ ਹੋਏਗਾ ਸੋ ਤੁਸੀਂ ਮੇਰੀ ਬੇਨਤੀ ਹੈ ਤੁਹਾਨੂੰ ਵੀ ਤੁਸੀਂ ਚੋਣ ਨਾ ਲੜੋ ਅਤੇ ਪਰ ਉਸ ਗੱਲ 'ਤੇ ਵੀ ਜਿੱਦ ਸੀ ਪ੍ਰਧਾਨ ਜੀ ਨੇ ਵੀ ਕਿਹਾ ਜੀ ਮੈਂ ਭਾਵੇਂ ਇਕੱਲੀ ਰਹਿ ਜਾਂ ਮੇਰੀ ਭਾਵੇਂ ਇੱਕ ਹੀ ਵੋਟ ਹੋਵੇ ਮੈਂ ਮਨ ਬਣਾ ਲਿਆ ਮੈਂ ਤਾਂ ਚੋਣ ਲੜਨੀ ਹੈ ਚਲੋ ਪ੍ਰਧਾਨ ਜੀ ਨੇ ਫਿਰ ਪਾਰਟੀ ਦੇ ਸੀਨੀਅਰ ਕੋਈ 8-10 ਬੰਦੇ ਜਿਹੜੇ 10-12 ਸੀਗੇ ਉਹਨਾਂ ਨੂੰ ਸੱਦ ਕੇ ਫਿਰ ਵਿਚਾਰ ਵਟਾਂਦਰਾ ਕੀਤਾ ਵੀ ਆਹ ਸਥਿਤੀ ਹੈ ਹੁਣ ਆਪਾਂ ਕੀ ਕਰੀਏ ਤਾਂ ਫਿਰ ਸਾਰੇ ਜ਼ਿੰਮੇਵਾਰ ਸੱਜਣਾਂ ਦੇ ਇਹ ਕਿਹਾ ਕਿ ਇੱਕ ਵਾਰੀ ਹੋਰ ਬੀਬੀ ਜੀ ਨੂੰ ਕਹੀਏ ਮਿਲਣ ਬੰਦੇ ਭੇਜ ਦਈਏ ਸਮਝਾਈਏ ਜੇ ਨਾ ਇਹ ਨੌਬਤ ਆਵੇ ਫਿਰ ਸਰਦਾਰ ਸੁਰਜੀਤ ਸਿੰਘ ਰਖੜਾ ਅਤੇ ਸਰਦਾਰ ਦਲਜੀਤ ਸਿੰਘ ਚੀਮਾ ਉਹਨਾਂ ਦੀ ਡਿਊਟੀ ਲਗਾਈ ਗਈ ਵੀ ਤੁਸੀਂ ਜਾ ਕੇ ਸਮਝਾਓ ਸਾਰਾ ਬੀਬੀ ਜੀ ਨੂੰ ਜਾ ਕੇ ਉਹ ਵੀ 3-2.5 ਘੰਟੇ ਰਹੇ ਬੜਾ ਉਹਨਾਂ ਨੇ ਕੋਸ਼ਿਸ਼ ਕੀਤੀ ਮਨਾਉਣ ਦੀ ਉਹਨਾਂ ਨੇ ਇੱਥੋਂ ਤੱਕ ਵੀ ਵਾਅਦਾ ਕਰ ਲਿਆ ਸੀ ਕਿ ਵੀ ਅਗਲੀ ਵਾਰ ਤੁਹਾਨੂੰ ਬਣਾ ਦਿਆਂਗੇ ਤੁਸੀਂ ਸਾਡੀ ਗੱਲ ਮੰਨ ਲਓ ਅੱਜ ਐਤਕੀ ਨਾ ਲੜੋ ਇਹ ਚੋਣ ਅਗਲੀ ਵਾਰ ਤੁਹਾਨੂੰ ਲੜਾ ਦਿਆਂਗੇ ਤਾਂ ਬੀਬੀ ਜੀ ਨੇ ਉੱਥੇ ਵੀ ਟੱਸ ਤੋਂ ਮੱਸ ਨਹੀਂ ਹੋਏ ਕਹਿੰਦੇ ਨਹੀਂ ਮੈਂ ਤਾਂ ਫੈਸਲਾ ਕਰ ਲਿਆ ਚੋਣ ਲੜਨੀ ਹੈ ਤੁਹਾਨੂੰ ਇਹ ਸਾਰੀਆਂ ਗੱਲਾਂ ਤਾਂ ਦੱਸਣ ਦੀ ਲੋੜ ਪਈ ਹੈ ਕਿ ਬਹੁਤੀਆਂ ਗੱਲਾਂ ਦਾ ਬੀਬੀ ਜੀ ਜਾਣ ਬੁੱਝ ਕੇ ਭਵਲ ਭੂਸਾ ਪੈਦਾ ਕਰ ਰਹੇ ਹੈ ਕਈ ਗੱਲਾਂ ਦੇ ਵਿੱਚ ਇਹ ਤਾਂ ਸਾਰੀ ਕਲੈਰੀਫਿਕੇਸ਼ਨ ਤੁਹਾਡੇ ਸਾਹਮਣੇ ਲਿਆਉਂਦੀ ਹੈ ਪ੍ਰੈਸ ਦੇ ਕਿ ਤੁਹਾਨੂੰ ਸਾਰੀ ਗੱਲ ਦਾ ਘੱਟੋ ਘੱਟ ਪਤਾ ਹੋਵੇ ਅਸੀਂ ਹਰ ਗੱਲ ਹਰ ਥਾਂ ਬਹਿ ਕੇ ਉਹਨਾਂ ਨਾਲ ਕਰਨ ਨੂੰ ਤਿਆਰ ਹਾਂ ਜੇ ਕੋਈ ਸਾਡੀ ਇੱਕ ਗੱਲ ਦੇ ਵਿੱਚ ਵੀ ਕੋਈ ਫਰਕ ਨਿਕਲੇ ਤਾਂ ਚਲੋ ਜਦੋਂ ਇਹ ਗੱਲ ਫਿਰ ਉਹ ਕਮੇਟੀ ਨੇ ਵੀ ਆ ਕੇ ਰਿਪੋਰਟ ਦਿੱਤੀ ਵੀ ਕੋਈ ਹੁਣ ਚਾਰਾ ਨਹੀਂ ਹੈਗਾ ਇਸ ਗੱਲ ਦਾ ਵੀ ਹੁਣ ਆਪਣੇ ਕੋਲ ਮੈਂਬਰ ਵੀ ਸਾਨੂੰ ਕਹਿਣ ਲੱਗ ਗਏ ਵੀ ਸਾਨੂੰ ਦੱਸੋ ਜੀ ਕੀ ਕਰੀਏ ਬੀਬੀ ਜੀ ਵੀ ਸਾਨੂੰ ਟੈਲੀਫੋਨ ਕਰੀ ਜਾਂਦੇ ਆ ਤੁਸੀਂ ਕੋਈ ਕੈਂਡੀਡੇਟ ਨਹੀਂ ਅਨਾਊਂਸ ਕਰਿਆ ਕੋਈ ਫੈਸਲਾ ਕਰੋ ਪਾਰਟੀ ਅਸੀਂ ਕੀ ਕਰੀਏ ਬੀਬੀ ਜੀ ਰੋਜ਼ ਹੀ ਸਾਨੂੰ ਪੁੱਛਦੇ ਆ ਕਈਆਂ ਨੂੰ ਮਿਲਣ ਆਉਂਦੇ ਆ ਕਈਆਂ ਕੋਲ ਰਿਸ਼ਤੇਦਾਰ ਭੇਜਦੇ ਆ ਕਈਆਂ ਨੂੰ ਕੁਛ ਕਰਦੇ ਆ ਤਾਂ ਫਿਰ ਉਸ ਵੇਲੇ ਪਾਰਟੀ ਨੇ ਫੈਸਲਾ ਕੀਤਾ ਕਿ ਹੁਣ ਵੇਲਾ ਆ ਗਿਆ ਕਿ ਕੋਈ ਨਾ ਕੋਈ